ਸਾਡੇ ਸਾਡੀ ਭੈਣ ਦੀ ਗੱਲ ਹੁੰਦੀ ਹੈ, ਸਾਡੀ ਬੇਟੀ ਗੱਲ ਹੁੰਦੀ ਹੈ, ਸਾਡੀ ਮਾਂ ਦੀ ਗੱਲ ਹੋਵੇ ਨਾ, ਇਹਨਾਂ ਨੂੰ ਬਾਜੀ ਪੇਕੇ ਦਾ ਪਿੰਡ ਬਹੁਤ ਸੋਹਣਾ ਲੱਗਦਾ। ਪੇਕਿਆਂ ਦੇ ਪਿੰਡ ਤੋਂ ਉਦਾਂ ਕੋਈ ਚੀਜ਼ ਨਹੀਂ। ਕਹਿੰਦੇ ਵੀ ਮੇਰੇ ਪੇਕਿਆਂ ਦੇ ਪਿੰਡੋਂ ਆਉਣ ਠੰਡੀਆਂ ਹਵਾਵਾਂ। ਜਿਹੜੀ ਜੇ ਲੜਕੀ ਕਹਿੰਦੀ ਆ ਵੀ ਮੇਰੇ ਪੇਕਿਆਂ ਦੇ ਪਿੰਡੋਂ ਆਉਣ ਠੰਡੀਆਂ ਹਵਾਵਾਂ, ਜਾ ਚੱਕਿਆ ਨਾ ਜਾਵੇ ਜਦੋਂ ਵੀਰਾਂ ਕੋਲ ਜਾਵਾਂ। ਜਦੋਂ ਸਹੁਰੇ ਘਰ ਤੋਂ ਥੋੜ੍ਹੀ ਛੁੱਟੀ ਮਿਲਦੀ ਹੈ ਨਾ, ਉਹੀ ਕੁੜੀ ਹੁੰਦੀ ਆ 18-20-25 ਸਾਲ ਪੇਕੇ ਕਹਿੰਦੀ, ਜਦੋਂ ਸਹੁਰੇ ਉੱਤੇ ਆਉਂਦੀ ਆ ਵੀ ਆਪਦੀ ਮਾਂ ਨੂੰ ਵੀ ਕਹਿੰਦੀ ਮਾਂ ਬਸ 21 ਦਿਨ ਹੀ ਇੱਥੇ ਰਹਿਣਾ, ਸਾਡੀਆਂ ਤਾਂ ਮੱਝਾਂ ਨਹੀਂ ਮੇਰੇ ਬਗੈਰ ਮਿਲਦੀਆਂ, ਮੇਰਾ ਸਰਦਾ ਨਹੀਂ, ਦੋ ਬੱਚੇ ਹੋ ਜਾਂਦੇ ਆ, ਪਰਿਵਾਰ ਵੱਧਦੇ ਸਾਡੇ, ਉਹਨੂੰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਆ, ਫਿਰ ਘੰਟਿਆਂ ਲਈ ਜਾਂ ਦਿਹਾੜੀ ਲਈ ਆਉਂਦੀ ਆ। ਵੀ ਮੇਰੇ ਪੇਕਿਆਂ ਦੇ ਪਿੰਡੋਂ ਠੰਡੀਆਂ ਹਵਾਵਾਂ, ਕਿਆ ਚੱਕਿਆ ਨਾ ਜਾਵੇ ਜਦੋਂ ਵੀਰਾਂ ਕੋਲ ਜਾਵਾਂ। ਕਹਿੰਦੀ ਬਾਪੂ ਹੋਰਾਂ ਦੇ ਵੀ ਚੰਗੇ, ਬਾਪੂ ਹੋਰਾਂ ਦੇ ਵੀ ਚੰਗੇ ਨਹੀਂ, ਮੇਰੇ ਬਾਪੂ ਜੇ ਹੋਣਾ ਮੇਰੇ ਪੇਕਿਆਂ ਦਾ ਪਿੰਡ ਸਾਰੀ ਦੁਨੀਆ ਤੋਂ ਸੋਹਣਾ। ਪੇਕਿਆਂ ਦਾ ਪਿੰਡ ਬਾਜੀ ਸਾਰੀ ਦੁਨੀਆ ਤੋਂ ਸੋਹਣਾ ਹੁੰਦਾ, ਭਾਵੇਂ ਸਾਡੀ ਬੇਟੀ ਹੈ, ਭਾਵੇਂ ਸਾਡੀ ਮਾਂ, ਸਾਡੀ ਭੈਣ ਭੈਣ। ਇੱਕ ਹੋਰ ਬੇਨਤੀ ਕਰਾਂਗੇ, ਇੱਕ ਨਨਾਣ ਤੇ ਭਾਬੀ ਦਾ ਰਿਸ਼ਤਾ ਬਾਜੀ ਬੜਾ ਅੱਛਾ। ਵੀ ਜਿੱਥੇ ਕਹਿੰਦੇ ਭਾਬੀ ਚੰਗੀ ਹੋਵੇ ਤਾਂ ਨਨਾਣ ਵੀ ਚੰਗੀ ਹੋਵੇ, ਉਹਦੇ ਬਾਰੇ ਵੀ ਗੀਤ ਕਹੂੰਗਾ। ਪਰ ਇੱਕ ਗੀਤ ਕਹੂੰਗਾ ਵੀ ਆਉਣ ਪੇਕਿਆਂ ਤੋਂ ਠੰਡੀ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ। ਉਸ ਤੋਂ ਬਾਅਦ ਡਿਊਟ ਦੋ ਗਾਣਾ ਵੀ ਨਾ, ਪਿੱਪਲੀ ਪੀਂਗਾ ਪੈਂਦੀਆਂ ਤੇ ਨਾ ਲੱਗਦੀਆਂ ਤੀਆਂ ਵੀ, ਬੜੇ ਅੱਛੇ ਦੋ ਡਿਊਟ ਦੋ ਗਾਣੇ ਗਾਵਾਂਗੇ, ਸਾਡੀ ਬੇਟੀ ਵੀ ਸੁਣਵੇ, ਸਾਡੇ ਭਰਾ ਵੀ ਸੁਣਨ। ਤੁਸੀਂ ਅੱਜ ਸਵਸਥ ਬਹੁਤ ਬੈਠੇ ਹੋ, ਮੌਸਮ ਬਹੁਤ ਵਧੀਆ, ਇੱਕ ਵਾਰੀ ਤਾੜੀ ਮਾਰੋ ਜੋਰ ਦਿਖਦੇ ਮੇਰੇ ਦਿਨਾਂ ਤੋਂ ਦਾਤਾ ਜੀ, ਆਉਣ ਪੇਕਿਆਂ ਤੋਂ ਠੰਡੀ ਹਵਾ। ਰਹਿਣ ਵਾਸਤੇ
ਵਸਦੇ